ਇਸ ਧਰਤੀ ਤੇ ਦਸ਼ਰਤ ਵਰਗੇ ਰਾਜੇ ਹੋਏ ਨੇ, ਅਵਤਾਰੀ ਪੁਰਸ਼ਾਂ ਨੂੰ ਜਨਮ ਦਿੱਤਾ ਹੈ, ਪੁੱਤ ਦੇ ਵਿਯੋਗ ਵਿੱਚ ਮਹਿਲਾਂ ਤੋਂ ਛਾਲ ਮਾਰ ਗਏ। ਦੁਆਪਰ ਦਾ ਸਭ ਤੋਂ ਵੱਡਾ ਯੋਧਾ, ਮਾਫ ਕਰਿਓ, ਮਹਾਭਾਰਤ ਦੀ ਜੰਗ ਵਿੱਚ ਲੱਖਾਂ ਲੋਕਾਂ ਨੂੰ ਮਾਰਨ ਵਾਲਾ, ਜਿਹੜੇ ਯੋਧੇ ਦੀ ਲੋਕ ਤਾੜ ਮੰਨਦੇ ਸਨ, ਜਿੱਦਣ ਕੰਨਾਂ ਵਿੱਚ ਆਵਾਜ਼ ਪਈ ਪੁੱਤ ਮਰ ਗਿਆ, ਉਦਣ ਅਰਜਨ ਦੇ ਹੱਥੋਂ ਵੀ ਹਥਿਆਰ ਡਿੱਗ ਪਏ। ਇਸ ਧਰਤੀ ਤੇ ਪਹਿਲੀ ਵਾਰ ਹੋਇਆ ਕਿ ਪੁੱਤਾਂ ਦੀਆਂ ਲਾਸ਼ਾਂ ਅੱਖਾਂ ਦੇ ਸਾਹਮਣੇ ਸੀ, ਪਰ ਕਲਗੀਧਰ ਪਾਤਸ਼ਾਹ ਦੇ ਮੱਥੇ ਉੱਤੇ ਕੋਈ ਤਿਉੜੀ, ਕੋਈ ਸ਼ਿਕਨ, ਕੋਈ ਉਦਾਸੀ ਨਹੀਂ। ਹਜ਼ੂਰ ਮੁਸਕਰਾ ਕੇ ਚਮਕੌਰ ਦੀ ਗੜੀ ਚੋਂ ਲੰਘ ਗਏ। ਤਾਂਹੀਓ ਇੱਕ ਵਿਦਵਾਨ ਲਿਖਦਾ, ਕਲਗੀਧਰ ਪਾਤਸ਼ਾਹ ਨੇ ਗੜੀ ਚ ਵੜਦਿਆਂ ਇੱਕ ਕੰਮ ਕੀਤਾ, ਗੜੀ ਚੋਂ ਨਿਕਲਦਿਆਂ ਇੱਕ ਕੰਮ ਕੀਤਾ। ਜਦੋਂ ਹਜ਼ੂਰ ਪਹਿਲੀ ਸ਼ਾਮ ਚਮਕੌਰ ਦੀ ਗੜੀ ਵਿੱਚ ਆਏ, ਆਉਂਦਿਆਂ ਹਜ਼ੂਰ ਨੇ ਉਹਨਾਂ ਕੰਧਾਂ ਨੂੰ ਟੋਹ ਕੇ ਵੇਖਿਆ। ਭਾਈ ਦਇਆ ਸਿੰਘ ਪੁੱਛਦੇ, ਪਾਤਸ਼ਾਹ ਇਹ ਚਮਕੌਰ ਦੀਆਂ ਕੰਧਾਂ ਕਿਉਂ ਵੇਖ ਰਹੇ ਹੋ, ਇਹ ਤੇ ਕੱਚੀ ਰੇਤ ਮਿੱਟੀ ਦੀਆਂ ਬਣੀਆਂ ਨੇ। ਹਜ਼ੂਰ ਨੇ ਕਿਹਾ, ਭਾਈ ਦਇਆ ਸਿੰਘਾ, ਪਿਆਰੇ ਦਇਆ ਸਿੰਘ, ਅੱਜ ਤੱਕ ਚਮਕੌਰ ਦੀ ਇਸ ਗੜੀ ਨੂੰ, ਬੁੱਧੀ ਰਾਮ ਰਾਵਤ ਦੀ ਗੜੀ ਨੂੰ ਕੱਚੀ ਗੜੀ ਲੋਕ ਕਹਿੰਦੇ, ਪਰ ਦਇਆ ਸਿੰਘਾ ਇਹਦੇ ਵਿੱਚ ਪੱਕਿਆਂ ਦੇ ਪੈਰ ਪੈ ਗਏ ਨੇ। ਰਹਿੰਦੀ ਦੁਨੀਆਂ ਤੱਕ ਚਮਕੌਰ ਦੀ ਗੜੀ ਧਰਤੀ ਉੱਤੇ ਹੁਣ ਆਬਾਦ ਹੋ ਜਾਏਗੀ, ਇਹ ਕੱਚੀ ਨਹੀਂ ਰਹੇਗੀ, ਇਹ ਪੱਕੀਆਂ ਨੂੰ ਟੱਪ ਜਾਏਗੀ, ਕਿਉਂਕਿ ਪੱਕਿਆਂ ਦੇ ਪੈਰ ਪੈ ਗਏ, ਹੁਣ ਇਹ ਗੜੀ ਵੀ ਪੁੱਜੀ ਜਾਏਗੀ। ਹਜ਼ੂਰ ਨੇ ਉਹਦੀ ਮਿੱਟੀ ਭੋਰ ਕੇ ਹੱਥ ਦੀ ਤਲੀ ਤੇ ਰੱਖੀ, ਫਿਰ ਉਡਾ ਕੇ ਇਸ ਤਰ੍ਹਾਂ ਮੁਸਕਰਾ ਪਏ। ਹਜ਼ੂਰ ਮਹਾਰਾਜ ਇਹ ਕਿਉਂ? ਕਲਗੀਧਰ ਪਾਤਸ਼ਾਹ ਕਹਿੰਦੇ, ਭਾਈ ਦਇਆ ਸਿੰਘ, ਅੱਜ ਤੱਕ ਲੋਕ ਇਹਨੂੰ ਕੱਚੀ ਗੜੀ ਕਹਿੰਦੇ ਹੋਣਗੇ, ਪੱਕਿਆਂ ਦੇ ਪੈਰ ਪਏ, ਇੱਥੇ ਉਹ ਸਾਕਾ ਵਰਤਣੇ, ਲੋਕ ਚਮਕੌਰ ਦੀ ਗੜੀ ਦੀ ਧੂੜ ਚੁੱਕ ਕੇ ਮਸਤਕ ਨੂੰ ਲਾਉਣਗੇ। ਜਦੋਂ ਮਹਾਰਾਜ ਛੱਡ ਕੇ ਜਾਣ ਲੱਗੇ ਨਾ ਗੜੀ, ਕਲਗੀਧਰ ਪਾਤਸ਼ਾਹ ਨੇ ਫਿਰ ਇੱਕ ਕੰਮ ਕੀਤਾ, ਗੜੀਓ ਬਾਹਰ ਆ ਕੇ ਅੱਧੀ ਰਾਤ ਨੂੰ ਬੜੀ ਗੌਰ ਨਾਲ ਚਮਕੌਰ ਦੀ ਗੜੀ ਨੂੰ ਤੱਕੇ, ਇੱਕ ਵਾਰ ਮੁਸਕਰਾ ਪਏ। ਪਿਆਰੇ ਭਾਈ ਦਇਆ ਸਿੰਘ ਕਹਿੰਦੇ, ਮਹਾਰਾਜ ਹੁਣ ਗੜੀ ਵੱਲ ਕੀ ਵੇਖਦੇ ਹੋ, ਤੁਹਾਡਾ ਗੜੀ ਵਿੱਚ ਰਹਿ ਕੀ ਗਿਆ? ਇੱਕ ਰਾਤ ਪਹਿਲਾਂ ਦੋ ਪੁੱਤਰ ਬਚੇ ਸਨ, ਉਹ ਵੀ ਮਹਾਰਾਜ ਗਵਾ ਚੱਲੇ ਹੋ, ਤੁਹਾਡਾ ਗੜੀ ਵਿੱਚ ਕੀ ਰਹਿ ਗਿਆ? ਬਾਰ ਬਾਰ ਕਿਉਂ ਗੜੀ ਵੱਲ ਵੇਖਦੇ? ਪਾਤਸ਼ਾਹ ਜਿਹਦਾ ਕੁਝ ਰਹਿ ਗਿਆ ਹੋਵੇ ਉਹ ਪਿੱਛੇ ਮੁੜ ਕੇ ਵੇਖਦਾ। ਸਤਿਗੁਰੂ, ਇੱਕ ਦਿਨ ਪਹਿਲਾਂ ਤੁਹਾਡੇ ਦੋ ਪੁੱਤਰ ਚੌਹਾਂ ਚੋਂ ਤੁਹਾਡੇ ਕੋਲ ਸੀ, ਹੁਣ ਤਾਂ ਦੋ ਬਿਨਾਂ ਰਹੇ, ਹੁਣ ਗੜੀ ਵੱਲ ਕੀ ਤੱਕਦੇ ਹੋ? ਕਲਗੀਧਰ ਪਾਤਸ਼ਾਹ ਨੇ ਗੜੀ ਵੱਲ ਵੇਖ ਕੇ ਇੱਕ ਜਵਾਬ ਦਿੱਤਾ, ਭਾਈ ਦਇਆ ਸਿੰਘ, ਇਹ ਗੜੀ ਨੇ ਇਤਿਹਾਸ ਬਣਨਾ, ਮੈਂ ਜਾਂਦਿਆਂ ਦੋ ਗੱਲਾਂ ਗੜੀ ਨਾਲ ਕਰਦਿਆਂ। ਮਹਾਰਾਜ ਕੀ ਗੱਲ ਕਰਨੀ ਹੈ? ਹਜ਼ੂਰ ਨੇ ਉਸ ਚਮਕੌਰ ਦੀ ਗੜੀ ਵੱਲ ਤੱਕ ਕੇ ਕਿਹਾ, ਗੜੀਏ ਵੇਖ ਲੈ ਹੱਸਦਾ ਜਾ ਰਿਹਾ। ਚਮਕੌਰ ਦੀ ਗੜੀ ਨੂੰ ਮੁਖਾਤਿਬ ਹੋ ਰਹੇ ਨੇ, ਗੜੀਏ ਵੇਖ ਲੈ ਹੱਸਦਾ ਜਾ ਰਿਹਾ, ਕਹਿ ਦਈ ਸਮੇਂ ਨੂੰ ਮੱਥੇ ਨੀ ਵੱਟ ਮੇਰੇ, ਤੇਰੀ ਹਿੱਕ ਤੇ ਅਜੀਤ ਜੁਜਾਰ ਸੌਂ ਗਏ, ਪੁੱਤਰ ਸੋਲ ਜੋ ਰੇਸ਼ਮੀ ਪੱਟ ਮੇਰੇ, ਰੋਕ ਸਕੇ ਨਾ ਮੇਰੀ ਮੁਸਕਾਨ ਤਾਈ, ਲੱਗੇ ਜਿਗਰ ਦੇ ਵਿੱਚ ਜੋ ਫੱਟ ਮੇਰੇ, ਕਫਨ ਪਾਇਆ ਨੀਨਾ ਤੇਸ ਕਰਕੇ, ਕਿਉਂਕਿ ਸਿੰਘ ਨੀਨਾ ਤੋਂ ਘੱਟ ਮੇਰੇ। ਇਹ ਚਮਕੌਰ ਦੀ ਇਹ ਗੜੀਏ, ਦੋ ਪੁੱਤਾਂ ਦੀਆਂ ਲਾਸ਼ਾਂ ਕੋਲੋਂ ਲੰਘ ਚੱਲੇ, ਇਤਿਹਾਸ ਨੂੰ ਦੱਸ ਗਈ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੱਥੇ ਤੇ ਵੱਟ ਨਹੀਂ ਸੀ, ਚਿਹਰਾ ਉਦਾਸ ਨਹੀਂ ਸੀ, ਪੁੱਤਾਂ ਦੀਆਂ ਲਾਸ਼ਾਂ ਕੋਲੋਂ ਹੱਸ ਕੇ ਗੁਜ਼ਰ ਗਿਆ, ਕਫਨ ਇਸ ਲਈ ਨਹੀਂ ਪਾਇਆ ਕਿ ਪੁੱਤਾਂ ਤੇ ਸਿੱਖਾਂ ਵਿੱਚ ਫਰਕ ਨਹੀਂ ਜਾਣੇ। ਇੱਕ ਵਿਦਵਾਨ ਬੜੀ ਪਿਆਰੀ ਗੱਲ ਲਿਖਦਾ, ਉਹ ਕਹਿੰਦਾ, ਰਾਹਾਂ ਇਸ ਧਰਤੀ ਤੇ ਪਹਿਲੀ ਵਾਰ ਵੇਖਿਆ, ਮੈਂ ਇਸ ਗੱਲ ਦੀ ਵਿਆਖਿਆ ਕਰ ਰਿਹਾ, ਜਿਹੜਾ ਅੱਲਾਹ ਯਾਰ ਖਾਂ ਜੋਗੀ ਲਿਖਦਾ, ਉਲਫਤ ਕੇ ਜੇ ਜਜ਼ਬੇ ਕਭੀ ਦੇਖੇ ਨਹੀਂ ਹਮਨੇ, ਦੇਖਣਾ ਇੱਕ ਬਾਤ, ਕਭੀ ਸੁਨੇ ਵੀ ਨਹੀਂ ਹਮਨੇ, ਦੇਖਣਾ ਤਾਂ ਦੂਰ ਦੀ ਗੱਲ, ਕਦੇ ਸੁਣਿਆ ਵੀ ਨਹੀਂ ਕਿ ਧਰਤੀ ਤੇ ਏਦਾਂ ਹੋਇਆ। ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ,
ਐਦਾਂ ਪੰਦ ਮੁਕਾਮ ਦਾ ਵੇਖਿਆ ਨੀ ਹੰਸਾਂ ਜਿਹਾਂ ਪਿਆਰਿਆ ਪੁੱਤਰਾਂ ਨੂੰ ਮੂੰਹ ਮੌਤ ਦੇ ਪਾਵਦਾ ਵੇਖਿਆ ਨੀ ਪੈਰ ਪੈਰ ਤੇ ਰਾਜ ਨੂੰ ਮਾਰ ਠੁਕਰ ਹੀਰੇ ਲਾਲ ਲੁਟਾਮਦਾ ਵੇਖਿਆ ਨੀ ਉਹ ਸੰਸਾਰ ਦੇ ਅੰਦਰ ਵੇਖਿਓ ਦਿਲਾਂ ਚ ਝਾਤ ਮਾਰਿਓ ਧਰਤੀ ਤੇ ਕੋਈ ਐਸਾ ਪਿਓ ਹੋਇਆ ਪੈਰ ਪੈਰ ਤੇ ਰਾਜ ਨੂੰ ਮਾਰ ਠੁਕਰ ਹੀਰੇ ਲਾਲ ਲੁਟਾਮਦਾ ਵੇਖਿਆ ਨੀ ਪਿਤਾ ਕੋਈ ਵੀ ਪੁੱਤਰ ਦੀ ਮੌਤ ਉੱਤੇ ਗੀਤ ਖੁਸ਼ੀ ਦੇ ਗਾਉਂਦਾ ਵੇਖਿਆ ਨੀ ਪੁੱਤ ਦੇ ਸੀਨੇ ਵਿੱਚ ਬਰਸ਼ੀਆਂ ਵੱਜਦੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਾਰੇ ਛੱਡ ਰਹੇ ਨੇ ਉਲਫਤ ਕੇ ਜੇ ਜਜ਼ਬੇ ਕਵੀ ਦੇਖੇ ਨਹੀਂ ਹਮਨੇ ਦੇਖਣਾ ਇੱਕ ਬਾਤ ਕਵੀ ਸੁਣੇ ਵੀ ਨਹੀਂ ਹਮਨੇ ਉਹ ਤੋਂ ਬਾਅਦ ਉਹ ਲਿਖਦਾ ਹਰ ਜੰਦ ਮੇਰੇ ਹੱਥੋਂ ਮੇ ਪੁਰਜ਼ੋਰ ਕਲਮ ਹੈ ਸਤਿਗੁਰ ਕੇ ਲਿਖੂ ਵਸਫ ਕਹਾਂ ਤਾਬੇ ਰਕਮ ਹੈ ਕਰਤਾਰ ਕੀ ਸੌਗੰਧ ਨਾਨਕ ਕੀ ਕਸਮ ਹੈ ਜਿਤਨੀ ਵੀ ਕਰੂੰ ਤਾਰੀਫ ਗੁਰੂ ਗੋਬਿੰਦ ਕੀ ਵੋ ਕਮ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿੰਨੀ ਵਡਿਆਈ ਕਰੀਏ ਉਹ ਥੋੜੀ ਹੈ ਸਾਧ ਸੰਗਤ ਕਲਗੀਧਰ ਦਸ਼ਮੇਸ਼ ਪਿਤਾ ਸਤਿਗੁਰੂ ਦੇ ਲਾਲ ਜਿਨ੍ਹਾਂ ਦੀ ਯਾਦ ਵਿੱਚ ਜੁੜ ਬੈਠੇ ਹੋ ਸ਼ਹੀਦ ਕਿਸੇ ਮਾਂ ਦੀ ਕੁੱਖ ਤੋਂ ਜਨਮ ਨਹੀਂ ਜੇ ਲੈਂਦਾ ਮਾਂ ਦੀ ਕੁੱਖ ਤੋਂ ਦੋ ਪੁੱਤ ਵੀ ਪੈਦਾ ਹੁੰਦੇ ਨੇ ਤਿੰਨ ਵੀ ਚਾਰ ਵੀ ਬੱਚੇ ਸਭ ਸੰਸਾਰ ਦੇ ਅੰਦਰ ਕਿਸੇ ਦੇ ਘਰ ਦੋ ਪੁੱਤ ਨੇ ਚਾਰ ਨੇ ਪੰਜ ਨੇ ਪਰ ਸਾਧ ਸੰਗਤ ਸ਼ਹੀਦ ਦੀ ਜਦੋਂ ਵੀ ਸ਼ਹੀਦ ਦਾ ਜਨਮ ਹੁੰਦਾ ਬਾਣੀ ਵਿੱਚੋਂ ਕੁਰਬਾਨੀ ਦਾ ਜਨਮ ਹੈ ਸ਼ਬਦ ਵਿੱਚੋਂ ਸ਼ਹਾਦਤ ਦਾ ਜਨਮ ਹੈ ਸਾਧ ਸੰਗਤ ਵਿੱਚੋਂ ਕਿਸੇ ਸੰਤ ਦਾ ਸਿੱਖ ਦਾ ਸ਼ਹੀਦ ਦਾ ਜਨਮ ਹੁੰਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੋਵੇਂ ਲਾਲ ਇਤਿਹਾਸ ਤੁਹਾਨੂੰ ਢਾਡੀ ਸਿੰਘਾਂ ਸੁਣਾਉਣਾ ਮੈਂ ਸਿਰਫ ਵਿਚਲੀਆਂ ਇੱਕ ਦੋ ਬੇਨਤੀਆਂ ਕਰਨੀਆਂ ਨੇ ਕਲਗੀਧਰ ਪਾਤਸ਼ਾਹ ਦੇ ਦੋਵੇਂ ਲਾਲ ਜਿੱਦਣ ਦੂਜੀ ਪੇਸ਼ੀ ਤੇ ਜਾਂਦੇ ਨਾ ਉਦਣ ਮਾਂ ਗੁਜਰੀ ਨੇ ਅਰਦਾਸ ਕਰਕੇ ਤੋਰੇ ਠੰਡੇ ਬੁਰਜ ਦੇ ਦਰਸ਼ਨ ਕਰਿਓ ਅੱਜ ਵੀ ਉਹ ਪੌੜੀਆਂ ਚੜ੍ਹ ਕੇ ਅਸਥਾਨ ਹੈ ਜਦੋਂ ਮਾਂ ਗੁਜਰੀ ਨੇ ਸਵੇਰੇ ਕੇਸਾਂ ਵਿੱਚ ਕੰਘੀ ਕੀਤੀ ਦਮਾਲਾ ਸਜਾਇਆ ਜਪਜੀ ਦਾ ਜਾਪ ਪੜਿਆ ਤੇ ਤੋਰਨ ਲੱਗਿਆ ਅਰਦਾਸ ਕੀਤੀ ਹੇ ਗੁਰੂ ਤੇਗ ਬਹਾਦਰ ਸਾਹਿਬ ਤੇਰੇ ਪੋਤਿਆਂ ਦੀ ਉਮਰ ਕਚਹਿਰੀਆਂ ਵਿੱਚ ਜਾਣ ਦੀ ਨਹੀਂ ਤੁਸੀਂ ਪਰਿਵਾਰਾਂ ਵਾਲੇ ਬੈਠੇ ਹੋ ਪੌਣੇ ਸੱਤ ਸਾਲ ਪੌਣੇ ਨੌ ਸਾਲ ਦੀ ਉਮਰ ਕਿੱਡੀ ਕੁ ਹੁੰਦੀ ਹੈ ਤੁਹਾਡੇ ਵੀ ਬੱਚੇ ਤੇਰੇ ਪੋਤਿਆਂ ਦੀ ਉਮਰ ਕਚਹਿਰੀਆਂ ਵਿੱਚ ਜਾਣ ਦੀ ਨਹੀਂ ਪਾਤਸ਼ਾਹ ਆਪਣੇ ਪੋਤਿਆਂ ਦੀ ਲਾਜ ਰੱਖਿਓ ਦੀਨ ਇਮਾਨ ਧਰਮ ਵਿੱਚ ਪੱਕੇ ਰਹਿਣ ਇਹ ਜਿੱਤ ਕੇ ਸੂਬੇ ਦੀ ਕਚਹਿਰੀ ਚੋਂ ਵਾਪਸ ਆਉਣ ਅਰਦਾਸ ਕਰਕੇ ਮਾਂ ਗੁਜਰੀ ਨੇ ਤੋਰ ਦਿੱਤੇ ਉਹਨਾਂ ਅੱਗਿਓਂ ਦਰਵਾਜ਼ਾ ਛੋਟਾ ਕਰਤਾ ਸਾਹਿਬਜ਼ਾਦੇ ਆਉਣ ਸਿਰ ਝੁਕਾ ਕੇ ਅੰਦਰ ਵੜਨ ਅਸੀਂ ਤਾੜੀ ਮਾਰਾਂਗੇ ਲਓ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਕਿਵੇਂ ਸਿਰ ਝੁਕਾ ਕੇ ਵਜ਼ੀਰ ਖਾਨ ਦੀ ਕਚਹਿਰੀ ਚ ਆਏ ਕਿਉਂਕਿ ਪਹਿਲੇ ਦਿਨ ਜਾਂਦਿਆਂ ਚ ਕਾਰਾ ਛੱਡਿਆ ਅੱਜ ਵਜ਼ੀਰ ਖਾਨ ਚਾਹੁੰਦਾ ਸਿਰ ਝੁਕਾ ਕੇ ਆਉਣ ਜਦੋਂ ਦਰਵਾਜ਼ਾ ਛੋਟਾ ਕੀਤਾ ਸਿੱਖ ਵਿਦਵਾਨ ਲਿਖਦੇ ਨੇ ਪਹਿਲਾਂ ਸੱਜਾ ਪੈਰ ਬਾਬਾ ਜ਼ੋਰਾਵਰ ਸਿੰਘ ਨੇ ਅੰਦਰ ਰੱਖਿਆ ਫਿਰ ਖੱਬਾ ਪੈਰ ਬਿਨਾਂ ਸਿਰ ਝੁਕਾਇਆ ਸਰੀਰ ਨੀਵਾਂ ਕਰਕੇ ਕਚਹਿਰੀ ਚ ਵੜੇ ਸਿਰ ਨੀ ਨਵਾਇਆ ਜਾਂਦਿਆਂ ਸਾਰ ਤਿੱਖੀ ਆਵਾਜ਼ ਗੱਜ ਕੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਜੀ ਦੇ ਹੱਥੋਂ ਮਾਲਾ ਹੀ ਡਿੱਗ ਪਏ ਡਰ ਉਹ ਕਹਿਣ ਲੱਗੋ ਇੰਨੇ ਮਾਸੂਮ ਬੱਚੇ ਇੰਨੀ ਵੱਡੀ ਅਣਖ ਉਹ ਵਿਦਵਾਨ ਲਿਖਦਾ ਦਾਤਾ ਜਾਂਦਿਆਂ ਭਰੇ ਦਰਬਾਰ ਅੰਦਰ ਸਾਹਿਬਜ਼ਾਦਿਆਂ ਫਤਿਹ ਗਜਾ ਦਿੱਤੀ ਸਤਿ ਸ੍ਰੀ ਅਕਾਲ ਦਾ ਮਾਰ ਨਾਰਾ ਤਸਵੀ ਕਾਜੀ ਦੇ ਹੱਥੋਂ ਛਡਾ ਦਿੱਤੀ ਮਾਲਾ ਡਿੱਗ ਪਈ ਕਾਜੀ ਕੰਬ ਗਿਆ ਵਜ਼ੀਰ ਖਾਂ ਬੋਲਿਆ ਬੜੇ ਗੁਸਥਾਖ ਬੱਚੇ ਨੇ ਇਹਨਾਂ ਖਿਡੌਣੇ ਕਿਹੜੇ ਲਏ ਤੇ ਨਾਲ ਦੇ ਸਿਪਾਹੀਆਂ ਕਿਹਾ ਜੀ ਇਹਨਾਂ ਨੂੰ ਬੜੇ ਖਿਡੌਣੇ ਦਵਾਉਣ ਦੀ ਕੋਸ਼ਿਸ਼ ਕੀਤੀ ਨਾ ਕੁਝ ਖਾਧਾ ਨਾ ਕੋਈ ਖਿਡੌਣਾ ਚੁੱਕਿਆ ਹਾਂ ਆ ਨਿੱਕੀਆਂ ਨਿੱਕੀਆਂ ਲੱਕੜ ਦੀਆਂ ਤਲਵਾਰਾਂ ਤੇ ਤੀਰ ਕਮਾਨ ਚੁੱਕ ਲਏ ਨੇ ਦੋ ਘੜੀਆਂ ਹੋ ਗਏ ਇਹਨਾਂ ਨਾਲੇ ਖੇਡ ਰਹੇ ਨੇ ਵਜ਼ੀਰ ਖਾਂ ਮੁਸਕਰਾ ਕੇ ਮਖੌਲ ਉਡਾ ਕੇ ਕਹਿੰਦਾ ਉਹ ਗੁਸਥਾਖ ਬੱਚਿਓ ਇਹ ਨਿੱਕੀਆਂ ਨਿੱਕੀਆਂ ਲੱਕੜ ਦੀਆਂ ਤਲਵਾਰਾਂ ਤੇ ਤੀਰ ਕਮਾਨਾਂ ਨਾਲ ਕੀ ਕਰੋਗੇ
ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਬੋਲੇ, ਕਹਿੰਦੇ ਵਜ਼ੀਰ ਖਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ ਇੱਕ ਵਾਰ ਛੱਡ ਕੇ ਵੇਖ, ਲੱਕੜ ਦੀ ਤਲਵਾਰ ਨਾਲ ਵੀ ਤੇਰਾ ਸਿਰ ਵੱਢ ਦੇਣਗੇ। ਇੱਕ ਵਾਰ ਵਜ਼ੀਰ ਖਾਂ ਕੰਬ ਗਿਆ। ਉਹ ਵਿਦਵਾਨ ਲਿਖਦਾ, ਭਾਵੇਂ ਉਹਨੂੰ ਪਤਾ ਸੀ ਲੱਕੜ ਦੀ ਤਲਵਾਰ ਨਾਲ ਸਿਰ ਨਹੀਂ ਉਹ ਵੱਢਿਆ ਜਾਣਾ, ਪਰ ਉਹਦੇ ਅੰਦਰ ਖੌਫ ਇੰਨਾ ਪੈਦਾ ਹੋਇਆ, ਉਹਨੇ ਯਕ ਲਗਤ ਕਿਹਾ ਸਿਪਾਹੀਆਂ ਨੂੰ, ਇਹਨਾਂ ਕੋਲੋਂ ਕਿਰਪਾਨਾ ਲੈ ਲੈ।